ਅਕਾਲੀ ਸ਼ਬਦ ਨੂੰ ਬਚਾ ਲੋ ਬਾਦਲ ਰੁੜੇ ਪਏ ਨੇ ਰੁਲਦਾ ਹੀ ਰਹਿਣਾ ਇਹਨਾਂ ਨੇ ਇਹ ਨਹੀਂ ਉੱਠ ਸਕਦੇ ਇਹਨਾਂ ਕੌਮ ਦੇ ਸ਼ਹੀਦਾਂ ਨਾਲ ਕੌਮ ਨਾ ਬੇਇਨਸਾਫੀ ਕਰੇ ਸਰਕਾਰਾਂ ਕੀ ਕਰਦੀਆਂ ਨੇ ਕੀ ਕੀ ਨਹੀਂ ਕਰਦੀਆਂ ਉਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਜ਼ਰੂਰ ਕਰੋ ਉਹ ਤੁਹਾਡਾ ਵੱਡਾ ਇਕੱਠ ਹੀ ਸਰਕਾਰ ਦੇ ਦਫ਼ਤਰਾਂ 'ਚ ਜਾ ਕੇ ਗਵਾਹੀ ਦੇ ਕੇ ਆਵੇਗਾ ਵੀ ਅੱਗੇ ਕੁਝ ਵੀ ਹੋ ਸਕਦਾ ਹੈ ਸ਼ੱਤਦੀਵੀ ਜਿੰਨਾ ਕਿਸਿਆ ਹੁੰਦਾ ਸੈਨੇ ਪਏ ਆ ਜਦੋਂ ਮੇਰੇ ਤੇ ਭੀੜ ਬਣੀ ਮੇਰੇ ਤੇ ਵੀ ਦਿੱਲੀ ਕੁਦਵਾਰਾ ਕਬਰਦੰਦ ਕਮੇਟੀ ਨੇ ਆ ਕੇ ਮੋਰਚਾ ਸੰਭੀ ਅਸੀਂ ਮੇਰੀ ਪੱਟੀ ਵੀ ਆ ਕੋਲੇ ਆ আলম ਸੁਲਤਾਨ ਵਾਲੀਏ ਦੋ ਜਹਾਨ ਆਵਾਜ਼ ਇਹ ਸ਼ਬਦ ਮੁਜਾ ਸਮਾਏ ਆਪੇ ਹਯਾਤ ਪਾਦਸ਼ਾਹੀ ਦੀ ਪਾਵਨ ਹਜ਼ੂਰੀ ਚ ਹਾਜ਼ਰੀਨ ਗੁਰੂ ਕੀ ਸੰਗਤ ਅਸੀਸ ਬਖਸ਼ੋ ਆਖੋ ਜਿਉ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਉਮਰ ਗੁਨਾਹੇ ਬੀਤੀ ਹਰ ਕੀ ਭਗਤਨਾ ਕੀਤੀ ਆਗਾ ਸਮਝ ਚਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਗੁਰੂ ਕੀ ਹਜ਼ੂਰੀ ਅੰਦਰ ਕਿਸੇ ਮਨੁੱਖ ਦੀ ਵਡਿਆਈ ਕਰਨਾ ਸ਼ੋਭਾ ਨਹੀਂ ਦਿੰਦਾ ਪਰ ਮੈਂ ਕਾਲਕਾ ਸਾਹਿਬ ਅੱਜ ਤੁਸੀਂ ਮੈਨੂੰ ਲੱਗਦਾ ਵੀ ਕੌਮ ਦਾ ਦਿਲ ਜਿੱਤਿਆ ਹੈ ਸ਼ਾਇਦ ਕਿਸੇ ਨੇ ਝਾਤੀ ਨਹੀਂ ਮਾਰੀ ਉਸ ਗੱਲ ਵੱਲ ਜਦੋਂ ਕਾਲਕਾ ਸਾਹਿਬ ਸਟੇਜ ਤੇ ਆਏ ਤੇ ਆਉਂਦਿਆਂ ਹੀ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਮਾਫੀ ਮੰਗੀ ਇਸ ਗੱਲ ਦੀ ਵੀ ਅਸੀਂ 31 ਸਾਲ ਇਸ ਦਿਹਾੜੇ ਨੂੰ ਇਸ ਯਾਦਗਾਰ ਨੂੰ ਅਸੀਂ ਭੁੱਲੇ ਬੈਠੇ ਸੀ ਮੈਂ ਇਹ ਗੱਲ ਵੱਡੀ ਇਸ ਕਰਕੇ ਕਹਿ ਰਿਹਾ ਕਿਉਂਕਿ ਮਾਫੀਆਂ ਦੇਣੀਆਂ ਬਹੁਤ ਸੌਖੀਆਂ ਨੇ ਔਰ ਮਾਫੀਆਂ ਦੇਣ ਵਾਸਤੇ ਕਰੋੜਾ ਰੁਪਈਆ ਖਰਚਾ ਵੀ ਕਰਨਾ ਪੈ ਜਾਏ ਉਹ ਵੀ ਕੀਤਾ ਜਾਂਦਾ ਹੈ ਪਰ ਮਾਫੀ ਮੰਗਣੀ ਬੜੀ ਔਖੀ ਹੈ ਔਰ ਔਖਾ ਕੰਮ ਇੱਕ ਜ਼ੁਮੇਵਾਰ ਧਿਰ ਦੇ ਆਗੂ ਹੋਣ ਦੇ ਨਾਤੇ ਕਲਕਾ ਸਾਹਿਬ ਤੁਸੀਂ ਉਸ ਰੋਲ ਨੂੰ ਅਦਾ ਕੀਤਾ ਹੈ ਕੌਮ ਕੋਲੋਂ ਮਾਫੀ ਮੰਗ ਕੇ ਮੈਂ ਸਮਾਂ ਨਹੀਂ ਬੋਤਾ ਲਾਣਾ 1 2 ਮਿੰਟ ਵਿੱਚ ਫਤਿਹ ਬੁਲਾ ਦੇਣੀ ਅੱਜ ਜਿਹੜੇ ਯੋਧਿਆਂ ਦੀ ਜਿਹੜੇ ਸੂਰਮਿਆਂ ਦੀ ਤੁਸੀਂ ਯਾਦਗਾਰ ਮਨਾ ਰਹੇ ਹੋ ਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋਟ ਕਰਿਓ ਜੇ ਇਹਦਾ ਇਤਿਹਾਸ ਵਿੱਚ ਜਾਂ ਇਹਦਾ ਸਮਾਜ ਵਿੱਚ ਇਹਦੀ ਆਵਾਜ਼ ਕੀ ਜਾਣੀ ਸਾਡੇ ਬਜ਼ੁਰਗ ਬੈਠੇ ਰਾਮੋਵਾਲੀਆ ਸਾਹਿਬ ਮੈਂ ਉਹਨਾਂ ਦੀ ਗੱਲ ਨੂੰ ਵੱਡਾ ਕਰਦਾ ਉਸ ਗੱਲ ਤੇ ਬਾਅਦ ਵਿੱਚ ਆਉਣਾ ਸਾਡੇ ਇਸ ਦੇਸ਼ ਦਾ ਇਤਿਹਾਸ ਹੈ ਵੀ ਜਿਹੜੇ ਲੋਕ ਨੇ ਉਹ ਵੱਡੇ ਵਡੇਰਿਆਂ ਦੀ ਕਬਰ ਤੇ ਜਾ ਕੇ ਚਿਰਾਗ ਬਾਲਦੇ ਨੇ ਗੌਰ ਕਰਿਓ ਜੇ ਅੱਜ ਜਿੰਨੇ ਆਪਾਂ ਇੱਥੇ ਪੰਥਕ ਆਗੂ ਸੰਗਤ ਜਿੰਨੇ ਜੁੜ ਬੈਠੀ ਆ ਕਿਉਂ ਬੈਠੇ ਆ ਕਾਰਨ ਕੀ ਆ ਇਸੇ ਦੇਸ਼ ਦਾ ਰਵਾਜ ਹੈ ਲੋਕ ਮੜੀਆਂ ਮਸੀਤਾਂ ਤੇ ਜਾ ਕੇ ਦੀਵੇ ਬਾਲਦੇ ਨੇ ਤੇ ਵੈਸਟਰਨ ਕੰਟਰੀ ਦੇ ਵਿੱਚ ਲੋਕ ਜਾ ਕੇ ਵੱਡੇ ਵਡੇਰਿਆਂ ਦੀ ਕਬਰ ਤੇ ਫੁੱਲਾਂ ਦਾ ਗੁਲਦਸਤਾ ਰੱਖਦੇ ਨੇ ਕਾਰਨ ਕੀ ਹੈ ਦੀਵੇ ਦਾ ਮਤਲਬ ਇਹ ਨਹੀਂ ਵੀ ਦੀਵਾ ਬਲ ਰਿਹਾ ਕਿਸੇ ਦੀ ਮੜੀ ਤੇ ਉੱਥੇ ਕੋਈ ਬੈਠਾ ਉਹਨੂੰ ਰੋਸ਼ਨੀ ਮਿਲ ਰਹੀ ਹੈ ਔਰ ਦੀਵੇ ਵਿੱਚ ਐਡੀ ਤਾਕਤ ਨਹੀਂ ਵੀ ਦੂਰ ਜਾਂਦੇ ਰਾਹੀਰ ਨੂੰ ਰਸਤਾ ਦਿਖਾ ਸਕੇ ਚਿਰਾਗ 'ਚ ਤਾਕਤ ਨਹੀਂ ਫੁੱਲਾਂ ਦੇ ਗੁਲਦਸਤੇ 'ਚ ਤਾਕਤ ਨਹੀਂ ਦੂਰ ਜਾਂਦੇ ਰਾਹੀਰ ਨੂੰ ਖੁਸ਼ਬੂ ਦੇ ਸਕੇ ਫਿਰ ਕਿਉਂ ਬਾਲਿਆ ਜਾ ਰਿਹਾ ਦੀਵਾ ਕਿਉਂ ਬਾਲਿਆ ਜਾ ਰਿਹਾ ਚਿਰਾਗ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਵੀ ਜਦੋਂ ਕੋਈ ਰਾਹੀਰ ਉਥੋਂ ਲੰਘੇਗਾ ਤੇ ਉਹ ਦੀਵਾ ਬਲਦਾ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਏਗਾ ਬਈਆ ਜੇ ਦੀ ਮੜੀ ਤੇ ਜੇ ਦੀ ਕਬਰ ਤੇ ਦੀਵਾ ਪਿਆ ਬਲਦਾ ਏਸ ਮਨੁੱਖ ਦੀ ਔਲਾਦ ਜਿਹੜੀ ਹੈ ਨਾ ਉਹ ਅੱਜ ਜਿਉਂਦੀ ਪਈ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਥੇਦਾਰ ਕੌਂਕੇ ਸਾਹਿਬ ਦੀ ਇਹ ਯਾਦਗਾਰ ਮਨਾ ਕੇ ਇਹ ਸਿੱਧ ਕਰ ਦਿੱਤਾ ਉਹ ਸਾਡੇ ਯੋਧੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਅੱਜ ਇਹ ਗੱਲ ਕਹਿਣਗੇ ਵੀ ਦਿੱਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਔਲਾਦ ਤੇ ਸ਼ਹੀਦਾਂ ਯੋਧਿਆਂ ਦੀ ਔਲਾਦ ਅੱਜ ਵੀ ਜਿਉਂਦੀ ਪਈ ਆ ਜੋ ਦਿਹਾੜੇ ਪੇ ਮਨਾਉਂਦੀ ਆ ਤਾਂ ਮਨਾਏ ਜਾ ਰਹੇ ਦਿਹਾੜੇ ਸੋ ਮੈਂ ਆਪਣੇ ਸ਼ਬਦਾਂ ਨੂੰ ਇੱਥੇ ਸਮਾਪਤੀ ਕਰਾਂ ਵਲਵਲੇ ਤੇ ਬੜੇ ਨੇ ਬੋਲਣਾ ਚਾਹੀਏ ਤਾਂ ਬੜੀਆਂ ਗੱਲਾਂ ਨੇ ਕਿਉਂਕਿ ਯੂਥ ਨੂੰ ਜਿੰਨਾ ਅਸੀਂ ਕੋਸ਼ਿਸ਼ ਕਰਦੇ ਹਾਂ ਆਜ ਦੇ ਸਮੇਂ 'ਚ ਕਰ ਰਹੇ ਹਾਂ ਕਵਰ ਕਰ ਰਹੇ ਹਾਂ ਤਸ਼ੱਦਦ ਦੀ ਵੀ ਜਿੰਨਾ ਕ ਸਹ ਹੁੰਦਾ ਸਹਨੇ ਪਏ ਆਂ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਜਦੋਂ ਮੇਰੇ ਤੇ ਭੀੜ ਬਣੀ ਮੇਰੇ ਤੇ ਵੀ ਦਿੱਲੀ ਕੁਦਵਾਰਾ ਬਰਦਬੰਦ ਕਮੇਟੀ ਨੇ ਆ ਕੇ ਮੋਰਚਾ ਸੰਭਿਆ ਸੀ ਮੇਰੀ ਪੱਟੇ ਵੀ ਆ ਕੇ ਇਹੀ ਖੜੇ ਸੀ ਪਰ ਮੈਂ ਇੱਕ ਬੇਨਤੀ ਕਰਦਾ ਜਾਵਾ ਰਾਮੂ ਵਾਲੀਆ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਵੀ ਪਿੰਡ ਦੇ ਵਿੱਚ ਪੇਕੇ ਬਣ ਕੇ ਉਹ ਬੜੀ ਵੱਡੀ ਗੱਲ ਹੈ ਜਥੇਦਾਰ ਸਾਹਿਬ ਬੈਠੇ ਨੇ ਰੋਡੇ ਸਾਹਿਬ ਦਾਦੂ ਵਾਲ ਸਾਹਿਬ ਬੈਠੇ ਨੇ ਇਹਨਾਂ ਨੇ ਕਿਹਾ ਵੀ ਧਰਨਾ ਇਕੱਠ ਕਰੋ ਸਭ ਕੁਝ ਕਰੋ ਪਰ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਜ਼ਰੂਰ ਕਰੋ ਉਹ ਤੁਹਾਡਾ ਵੱਡਾ ਇਕਾਠ ਹੀ ਸਰਕਾਰ ਦੇ ਦਫ਼ਤਰਾਂ 'ਚ ਜਾ ਕੇ ਗਵਾਹੀ ਦੇ ਕੇ ਆਵੇਗਾ ਵੀ ਅੱਗੇ ਕੁਝ ਵੀ ਹੋ ਸਕਦਾ ਹੈ ਇਹ ਪਿੰਡ ਕੱਟ ਕਰੋ ਦੂਜੀ ਗੱਲ ਸਰਕਾਰਾਂ ਕੋਲੋਂ ਇਨਸਾਫ਼ ਨਾ ਕਦੇ ਮਿਲਿਆ ਨਾ ਕਦੇ ਮਿਲਣਾ ਪਰ ਇੱਕ ਗੱਲ ਕੌਮ ਆਪਣੇ ਸ਼ਹੀਦਾਂ ਦੇ ਨਾਲ ਬੇਇਨਸਾਫੀ ਨਾ ਕਰੇ ਬਸ ਜਥੇਦਾਰਾ ਨੌਕ ਸਿੰਘ ਜੀ ਬੱਬਰ ਵਰਗੇ ਯੋਧੇ ਤੇ ਖਾਲੜਾ ਸਾਹਿਬ ਵਰਗੇ ਗੁਮਨਾਮ ਲਾਸ਼ਾਂ ਨੂੰ ਲੱਭਦੇ ਲੱਭਦੇ ਆਪ ਗੁਮਨਾਮ ਹੋ ਗਏ ਇਹਨਾਂ ਕੌਮ ਦੇ ਸ਼ਹੀਦਾਂ ਨਾਲ ਕੌਮ ਨਾ ਬੇਇਨਸਾਫੀ ਕਰੇ ਸਰਕਾਰਾਂ ਕੀ ਕਰਦੀਆਂ ਨੇ ਕੀ ਕੀ ਨਹੀਂ ਕਰਦੀਆਂ ਉਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੌਮ ਬਸ ਆਪਣੇ ਯੋਧਿਆਂ ਨੂੰ ਆਪਣੇ ਸੂਰਬੀਰ ਸ਼ਹੀਦਾਂ ਨੂੰ ਯਾਦ ਰੱਖੇ ਮੈਂ ਧੰਨਵਾਦ ਕਰਦਾ ਫਿਰ ਸਾਰੀ ਸੰਗਤ ਦਾ ਵਿਸ਼ੇਸ਼ ਕਰਕੇ ਵੀਰ ਗੁਰਮੀਤ ਸਿੰਘ ਨੇ ਮੈਂ ਹਜੂਰ ਸਾਹਿਬ ਸੀ ਉੱਥੋਂ ਰਾਤੋਂ ਰਾਤ ਤੁਰਿਆ ਤੇ ਪਹੁੰਚਿਆ ਦਿਲ ਕੀਤਾ ਵੀ ਨਹੀਂ ਇਹ ਜੇ ਯਾਦ ਬਣਾਈ ਮੈਨੂੰ ਫੋਨ ਆਇਆ ਕਾਲੋ ਸਾਹਿਬ ਕਿਸੇ ਦੱਸਵੇਰੇ ਕਹਿੰਦੇ ਦਿੱਲੀ ਕਮੇਟੀ ਨੂੰ ਆਜੀ ਯਾਦ ਆਇਆ ਹੁਣ ਯਾਦ ਆਇਆ ਮੈਂ ਕਹਿੰਦਾ ਸ਼ੁਕਰ ਹੈ ਉਹਨਾਂ ਨੂੰ ਯਾਦ ਆ ਗਿਆ ਤੁਹਾਨੂੰ ਅਜੇ ਵੀ ਨਹੀਂ ਆਇਆ ਤੁਹਾਨੂੰ ਅਜੇ ਵੀ ਨਹੀਂ ਆਇਆ ਸੋ ਇਸ ਕਰਕੇ ਜਿਹੜੇ ਦੋਸ਼ੀ ਨੇ ਮੈਂ ਇੱਕ ਗੱਲ ਨਿੱਕੀ ਜੀ ਅਕਾਲੀ ਸ਼ਬਦ ਨੂੰ ਬਚਾ ਲਓ ਬਾਦਲ ਰੁੜੇ ਪਏ ਨੇ ਰੁਲਦਾ ਹੀ ਰਹਿਣਾ ਇਹਨਾਂ ਨੇ ਇਹ ਨਹੀਂ ਉੱਠ ਸਕਦੇ ਕਦੇ ਨਹੀਂ ਉੱਠ ਸਕਦੇ ਪਰ ਅਕਾਲੀ ਸ਼ਬਦ ਨੂੰ ਨਾ ਰੋਲਿਓ ਜੇ ਇਹਨੂੰ ਬਚਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ